ਨੂੰ ਸਾਰਿਆਂ ਨੂੰ ਮੈਂ ਹਾਂ ਡਾਕਟਰ ਤਮੰਨਾ ਕੁਚਰ ਮੈਂ ਇਸ ਵੇਲੇ ਜੈਤੋ ਦੇ ਵਿੱਚ ਪ੍ਰੈਕਟਿਸ ਕਰ ਰਹੀ ਹਾਂ ਮੈਂ ਇੱਕ ਐਮਡੀ ਹੋਮਿਓਪੈਥ ਹਾਂ ਅਤੇ ਅੱਜ ਮੈਂ ਇਸ ਵੀਡੀਓ ਰਾਹੀਂ ਤੁਹਾਨੂੰ ਇੱਕ ਇਹੋ ਜਿਹੇ ਵਿਸ਼ੇ ਬਾਰੇ ਜਾਣਕਾਰੀ ਦੇਣੀ ਹੈ ਹੋਮਿਓਪੈਥੀ ਦਾ ਭਾਰਤ ਵਿੱਚ ਫੈਲਾਵ ਕਿੱਦਾਂ ਹੋਇਆ ਹੋਮਿਓਪੈਥੀ ਭਾਰਤ ਵਿੱਚ ਕਿਸ ਤਰ੍ਹਾਂ ਅਤੇ ਕਦੋਂ ਆਈ ਤੁਸੀਂ ਹੋਮਿਓਪੈਥੀ ਦਵਾਈ ਖਾਂਦੇ ਹੋ ਸ਼ਾਇਦ ਤੁਹਾਡੇ ਮਨ ਵਿੱਚ ਵੀ ਅਕਸਰ ਆਉਂਦਾ ਹੋਵੇਗਾ ਕਿ ਇਹ ਹੋਮਿਓਪੈਥੀ ਭਾਰਤ ਦੇ ਵਿੱਚ ਕਿੱਦਾਂ ਆਈ ਕਿੱਥੋਂ ਆਈ ਹੈ ਮੈਂ ਜਾਣਕਾਰੀ ਲਈ ਤੁਹਾਨੂੰ ਪਹਿਲਾਂ ਇਹ ਗੱਲ ਦੱਸ ਦੇਵਾਂ ਕਈ ਲੋਕਾਂ ਨੂੰ ਲੱਗਦਾ ਹੈ ਕਿ ਹੋਮਿਓਪੈਥੀ ਭਾਰਤ ਦੇ ਵਿੱਚ ਹੀ ਅਵਿਸ਼ਕਾਰ ਹੋਇਆ ਹੈ ਇੱਥੇ ਹੀ ਬਣੀ ਹੈ ਪਰ ਕਈ ਲੋਕਾਂ ਨੂੰ ਇਸ ਗੱਲ ਦਾ ਨਹੀਂ ਪਤਾ ਹੈ ਹੋਮਿਓਪੈਥੀ ਭਾਰਤ ਦੇ ਵਿੱਚ ਨਹੀਂ ਬਲਕਿ ਜਰਮਨ ਦੇ ਵਿੱਚ ਇਹਦਾ ਅਵਿਸ਼ਕਾਰ ਹੋਇਆ ਹੈ ਜਰਮਨ ਇਹਦੀ ਜਨਮ ਭੂਮੀ ਹੈ ਅਤੇ ਇਸਦਾ ਅਵਿਸ਼ਕਾਰ ਕਰਨ ਵਾਲੇ ਇਸ ਨੂੰ ਜਨਮ ਦੇਣ ਵਾਲੇ ਇਸਦੇ ਜਨਮਦਾਤਾ ਮਾਸਟਰ ਸੈਮੂਅਲ ਹੈਨੀਮਨ ਹੈ ਇਸ ਵਕਤ ਤੁਹਾਨੂੰ ਜਾਣ ਕੇ ਬੜਾ ਚੰਗਾ ਲੱਗੂਗਾ ਕਿ ਹੋਮਿਓਪੈਥੀ ਦੇ ਭਾਰਤ ਦੇ ਵਿੱਚ ਟੋਟਲ 225 ਕਾਲਜ ਹਨ ਜੋ ਇਸਦੀ ਸਿੱਖਿਆ ਬੱਚਿਆਂ ਨੂੰ ਪ੍ਰਦਾਨ ਕਰ ਰਹੇ ਹਨ ਅਤੇ ਹਰ ਸਾਲ 10,000 ਤੋਂ ਵੱਧ ਲੋਕ ਵੱਧ ਬੱਚੇ ਇਸ ਵਿੱਚ ਪੜ੍ਹਾਈ ਕਰਨ ਲਈ ਦਾਖਲਾ ਲੈਂਦੇ ਹਨ ਅਤੇ 2,00,000 ਤੋਂ ਉੱਪਰ ਰਜਿਸਟਰਡ ਮੈਡੀਕਲ ਡਾਕਟਰ ਨੇ ਹੋਮਿਓਪੈਥੀ ਦੇ ਜੋ ਪੜ੍ਹਾਈ ਕਰਨ ਤੋਂ ਬਾਅਦ ਭਾਰਤ ਦੇ ਵਿੱਚ ਅਤੇ ਦੇਸ਼ ਵਿਦੇਸ਼ ਦੇ ਵਿੱਚ ਇਸ ਪੱਧਤੀ ਨਾਲ ਲੋਕਾਂ ਦੀ ਸੇਵਾ ਕਰ ਰਹੇ ਹਨ ਜੇ ਅੱਜ ਆਪਾਂ ਇਸ ਵਿਸ਼ੇ 'ਤੇ ਗੱਲ ਕਰ ਰਹੇ ਹਾਂ ਕਿ ਹੋਮਿਓਪੈਥੀ ਦਾ ਭਾਰਤ ਵਿੱਚ ਫੈਲਾਅ ਕਿੱਦਾਂ ਹੋਇਆ ਤਾਂ ਇਸ ਲਈ ਸਾਨੂੰ ਇਤਿਹਾਸ ਦੇ ਕੁਛ ਪੰਨੇ ਫੋਲਣੇ ਪੈਣਗੇ ਤਾਂ ਚਲੋ ਚੱਲਦੇ ਹਾਂ ਸੰਨ 1810 ਦੇ ਵਿੱਚ 1800 ਦੇ ਜਿਹੜਾ ਸਮਾਂ ਸੀ ਉਸ ਵੇਲੇ ਦੇਸ਼ਾਂ ਵਿਦੇਸ਼ਾਂ ਤੋਂ ਵਪਾਰ ਚੱਲਦਾ ਸੀ ਬੰਦਰਗਾਹ ਰਾਹੀਂ ਬੰਗਾਲ ਦੇ ਸਮੁੰਦਰਾਂ ਰਾਹੀਂ ਵਪਾਰ ਚੱਲਦਾ ਸੀ ਤਾਂ ਵਪਾਰ ਕਰਨ ਦੇ ਲਈ ਕਈ ਵਪਾਰੀ ਕਈ ਲੋਕ ਆ ਸਾਡੇ ਦੇਸ਼ ਦੇ ਵਿੱਚ ਆਮ ਆਇਆ ਜਾਇਆ ਕਰਦੇ ਸੀ ਅਤੇ ਉਹਨਾਂ ਵਪਾਰੀਆਂ ਦੇ ਵਿੱਚ 1810 ਦੇ ਦੌਰਾਨ ਕੁਛ ਜਰਮਨ ਤੋਂ ਇਹੋ ਜਿਹੇ ਲੋਕ ਵੀ ਸਾਡੇ ਦੇਸ਼ ਵਿੱਚ ਆਏ ਜਿਹੜੇ ਹੋਮਿਓਪੈਥੀ ਬਾਰੇ ਕੁਛ ਜਾਣਕਾਰੀ ਰੱਖਦੇ ਸੀ ਜਿਨ੍ਹਾਂ ਕੋਲ ਹੋਮਿਓਪੈਥੀ ਦਵਾਈਆਂ ਹੁੰਦੀਆਂ ਸੀ ਜਦੋਂ ਉਹ ਸਾਡੇ ਦੇਸ਼ ਵਿੱਚ ਆਏ ਜਿਸ ਜਗ੍ਹਾ 'ਤੇ ਉਹ ਠਹਿਰਦੇ ਸੀ ਉਸ ਜਗ੍ਹਾ 'ਤੇ ਉਹਨਾਂ ਦੇ ਸੇਵਾਦਾਰਾਂ ਨੂੰ ਉਸ ਜਗ੍ਹਾ ਦੇ ਆਸੇ ਪਾਸੇ ਰਹਿਣ ਵਾਲੇ ਗਰੀਬ ਗੁਰਬਿਆਂ ਨੂੰ ਉਹਨਾਂ ਨੇ ਹੋਮਿਓਪੈਥਿਕ ਦਵਾਈਆਂ ਦੇ ਕੇ ਉਹਨਾਂ ਦੇ ਇਲਾਜ ਕੀਤੇ ਸੋ ਅਸੀਂ ਮੰਨ ਸਕਦੇ ਹਾਂ ਕਿ ਇਤਿਹਾਸ ਦੇ ਵਿੱਚ ਉਸ ਸਮੇਂ ਤੋਂ ਇਸਦੀ ਸ਼ੁਰੂਆਤ ਹੋ ਚੁੱਕੀ ਸੀ ਭਾਰਤ ਵਿੱਚ ਇਹਦੀ ਜਿਹੜੀ ਐਂਟਰੀ ਹੋ ਚੁੱਕੀ ਸੀ ਅਤੇ ਹੁਣ ਅਸੀਂ ਚੱਲਦੇ ਹਾਂ ਸੰਨ 1851 ਦੇ ਵਿੱਚ ਸੰਨ 1851 ਵਿੱਚ ਜੌਨ ਹੰਟਰ ਨਾਮ ਦੇ ਇੱਕ ਬੰਦਾ ਇੱਥੇ ਆਇਆ ਸੀ ਜਿਸ ਨੇ ਹੋਮਿਓਪੈਥੀ ਦੀ ਬੰਗਾਲ ਦੇ ਵਿੱਚ ਆ ਕੇ ਸਭ ਤੋਂ ਪਹਿਲੀ ਵਾਰੀ ਫ੍ਰੀ ਡਿਸਪੈਂਸਰੀ ਸ਼ੁਰੂ ਕੀਤੀ ਸੀ ਜੇਕਰ ਅਸੀਂ ਗੱਲ ਕਰੀਏ ਮਿਸਟਰ ਐਡ ਡੀ ਲਾਟੌਰ ਦੀ ਜੋ ਕਿ ਸੁਧਾਰ ਦੀਵਾਨੀ ਅਦਾਲਤ ਦੇ ਵਿੱਚ ਉਸ ਸਮੇਂ ਜੱਜ ਸੀਗੇ ਅਤੇ ਡਿਪਟੀ ਮੈਜਿਸਟਰੇਟ ਮੌਲਵੀ ਜਲਾਉਦੀਨ ਹੁਸੈਨ ਜੀ ਦੀ ਉਹਨਾਂ ਦਾ ਇਸ ਸਮੇਂ ਦੇ ਵਿੱਚ ਹੋਮਿਓਪੈਥੀ ਦਾ ਫੈਲਾਵ ਕਰਨ ਦੇ ਵਿੱਚ ਹੋਮਿਓਪੈਥੀ ਨੂੰ ਆਮ ਲੋਕਾਂ ਵਿੱਚ ਪਹੁੰਚਾਉਣ ਦੇ ਲਈ ਬਹੁਤ ਸਾਰਾ ਯੋਗਦਾਨ ਹੋਣਾ ਸ਼ੁਰੂ ਹੋ ਗਿਆ ਸੀ ਤਾਂ ਹੁਣ ਚੱਲਦੇ ਹਾਂ ਸੰਨ 1860 ਦੇ ਵਿੱਚ ਸੰਨ 1860 ਦੇ ਵਿੱਚ ਜੌਨ ਮਾਰਟੀ ਨਾਮ ਦਾ ਇੱਕ ਬੰਦਾ ਸਾਡੇ ਭਾਰਤ ਦੇ ਵਿੱਚ ਆਉਂਦਾ ਹੈ ਪੈਰਿਸ ਦੇ ਵਿੱਚ ਜਾ ਕੇ ਉਸਨੇ ਡਾਕਟਰ ਹੈਨੀਮਨ ਤੋਂ ਖੁਦ ਹੋਮਿਓਪੈਥੀ ਸਿੱਖੀ ਸੀ ਇੱਥੇ ਭਾਰਤ ਦੇ ਵਿੱਚ ਆਉਣ ਤੋਂ ਬਾਅਦ ਉਸ ਸਮੇਂ ਕੁਦਰਤੀ ਤੌਰ 'ਤੇ ਹੈਜਾ ਫੈਲਿਆ ਹੋਇਆ ਸੀ ਡਾਕਟਰ ਜੌਨ ਮਾਰਟਿਨ ਆਪਣੀ ਹੋਮਿਓਪੈਥਿਕ ਦਵਾਈਆਂ ਦੇ ਨਾਲ ਹੈਜਾ ਤੋਂ ਗ੍ਰਸਤ ਕਾਫੀ ਲੋਕਾਂ ਦੀ ਜਾਨ ਬਚਾਉਂਦਾ ਹੈ ਉਹਨਾਂ ਨੂੰ ਠੀਕ ਕਰਦਾ ਹੈ ਅਤੇ ਉਸ ਤੋਂ ਬਾਅਦ ਉਹ ਇੱਥੇ ਭਾਰਤ ਦੇ ਵਿੱਚ ਕੋਲਰਾ ਡਾਕਟਰ ਯਾਨੀ ਕਿ ਹੈਜਾ ਤੋਂ ਬਚਾਵ ਕਰਨ ਵਾਲੇ ਡਾਕਟਰ ਦੇ ਨਾਮ ਦੇ ਨਾਲ ਮਸ਼ਹੂਰ ਹੋ ਜਾਂਦਾ ਹੈ ਤੁਹਾਨੂੰ ਜਾਣ ਕੇ ਬੜਾ ਅਚੰਭਾ ਵੀ ਲੱਗੂਗਾ ਕਿ ਇਹੀ ਉਹ ਡਾਕਟਰ ਸੀ ਜਿਸ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜਕਾਲ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਇਲਾਜ ਕਰਨ ਦੇ ਲਈ ਉਹਨਾਂ ਦੇ ਗੜ੍ਹ ਦੇ ਵਿੱਚ ਬੁਲਾਇਆ ਗਿਆ ਸੀ ਉਸਨੇ ਉੱਥੇ ਜਾ ਕੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਇਲਾਜ ਵੀ ਸ਼ੁਰੂ ਕਰ ਦਿੱਤਾ ਸੀ ਇਲਾਜ ਬਹੁਤ ਸਹੀ ਵੀ ਜਾ ਰਿਹਾ ਸੀ ਪਰ ਉਸ ਵਕਤ ਦੇ ਨੀਮ ਹਕੀਮਾਂ ਤੋਂ ਇਹ ਜਰਿਆ ਨਾ ਗਿਆ ਇਸੇ ਕਾਰਨ ਉਸਨੂੰ ਇਲਾਜ ਵਿੱਚ ਛੱਡਣਾ ਪਿਆ ਫਿਰ ਸਮਾਂ ਆਉਂਦਾ ਹੈ ਬਾਬੂ ਰਾਜਿੰਦਰ ਦੱਤ ਜੀ ਦਾ ਬਾਬੂ ਰਾਜਿੰਦਰ ਦੱਤ ਜੀ ਨੂੰ ਅਸੀਂ ਭਾਰਤ ਦੀ ਹੋਮਿਓਪੈਥੀ ਦੇ ਜਨਮਦਾਤਾ ਵੀ ਕਹਿ ਸਕਦੇ ਹਾਂ ਕਿਉਂਕਿ ਜਦੋਂ ਉਹਨਾਂ ਨੇ ਇਸ ਦਾ ਦੁਨੀਆ ਵਿੱਚ ਭਾਰਤ ਦੇ ਵਿੱਚ ਫੈਲਾਅ ਕਰਨਾ ਸ਼ੁਰੂ ਕੀਤਾ ਜਿੰਨੀ ਮਿਹਨਤ ਉਹਨਾਂ ਨੇ ਕੀਤੀ ਉਹ ਕਿਸੇ ਦੇ ਬਰਾਬਰ ਨਹੀਂ ਹੈ ਬਾਬੂ ਰਾਜਿੰਦਰ ਦੱਤ ਜੀ ਇੱਕ ਬਹੁਤ ਹੀ ਚੰਗੇ ਪਰਿਵਾਰ ਤੋਂ ਤਾਲੁਕਾਤ ਰੱਖਦੇ ਸੀ ਉਹ ਖੁਦ ਵੀ ਕਲਕੱਤਾ ਯੂਨੀਵਰਸਿਟੀ ਤੋਂ MD ਸੀਗੇ ਉਹਨਾਂ ਨੂੰ ਕੋਈ ਐਸੀ ਬਿਮਾਰੀ ਹੋਈ ਉਹਨਾਂ ਦਾ ਇਲਾਜ ਜਰਮਨ ਹੋਮਿਓਪੈਥ ਨੇ ਕੀਤਾ ਸੀਗਾ ਅਤੇ ਇਲਾਜ ਤੋਂ ਬਾਅਦ ਉਹ ਹੋਮਿਓਪੈਥੀ ਵੱਲ ਪ੍ਰਭਾਵਿਤ ਹੋ ਗਏ
ਬਾਬੂ ਰਾਜੇਂਦਰ ਦੱਤ ਜੀ ਨੇ ਰਾਜਾ ਰਾਧਾ ਕਾਂਤਾ ਦੀ ਉਸ ਵਕਤ ਅਵਸਾਦ ਦੀ ਬਿਮਾਰੀ ਦਾ ਵੀ ਇਲਾਜ ਕੀਤਾ ਸੀ। ਅਵਸਾਦ ਦੀ ਬਿਮਾਰੀ ਨੂੰ ਅਸੀਂ ਗੈਂਗਰੀਨ ਵੀ ਕਹਿੰਦੇ ਹਾਂ। ਬਾਬੂ ਰਾਜੇਂਦਰ ਦੱਤ ਜੀ ਦੇ ਮਨ ਦੇ ਵਿੱਚ ਸੀ ਜਿੱਦਾਂ ਉਹ ਹੋਮਿਓਪੈਥੀ ਦਾ ਫੈਲਾਵ ਕਰ ਰਹੇ ਹਨ, ਉਹਨਾਂ ਨੂੰ ਇੱਦਾਂ ਦਾ ਹੀ ਕੋਈ ਬੰਦਾ ਚਾਹੀਦਾ ਸੀ ਜੋ ਉਹਨਾਂ ਦੀ ਤਰ੍ਹਾਂ ਹੀ ਹੋਮਿਓਪੈਥੀ ਦਾ ਭਾਰਤ ਦੇ ਵਿੱਚ ਫੈਲਾਅ ਕਰਨ ਦੇ ਵਿੱਚ ਉਹਨਾਂ ਦੀ ਮਦਦ ਕਰੇ। ਤਾਂ ਉਹਨਾਂ ਨੂੰ ਮਿਲਦੇ ਹੈ ਮਹਿੰਦਰ ਲਾਲ ਸਰਕਾਰ ਜੀ। ਮਹਿੰਦਰ ਲਾਲ ਸਰਕਾਰ ਜੀ ਪਹਿਲਾਂ ਤਾਂ ਹੋਮਿਓਪੈਥੀ ਦੇ ਖਿਲਾਫ ਸੀਗੇ, ਪਰ ਜਦੋਂ ਉਹਨਾਂ ਨੇ ਇਸ ਦੀਆਂ ਕਿਤਾਬਾਂ ਪੜ੍ਹੀਆਂ, ਇਸ ਦਾ ਸਾਹਿਤ ਪੜ੍ਹਿਆ, ਤਾਂ ਉਹ ਵੀ ਇਸ ਦੇ ਵਿੱਚ ਬਹੁਤ ਪ੍ਰਭਾਵਿਤ ਹੋ ਗਏ। ਫਿਰ ਚੱਲਦੇ ਹਾਂ ਸਨ 1870 ਦੇ ਵਿੱਚ। ਸਨ 1870 ਦੇ ਵਿੱਚ ਜੈਪੁਰ ਦੇ ਮਹਾਰਾਜਾ ਬਹਾਦੁਰ ਜੀ ਦੀ ਪਤਨੀ ਨੂੰ ਮੋਤੀਏ ਦੀ ਤਕਲੀਫ ਆ ਗਈ ਸੀ। ਉਹਨਾਂ ਦੇ ਮੋਤੀਏ ਦੇ ਇਲਾਜ ਦੇ ਲਈ ਉਹਨਾਂ ਨੂੰ ਡਾਕਟਰ ਸਾਲਦਾਰ, ਜੋ ਕਿ ਜਰਮਨ ਤੋਂ ਆਏ ਇੱਕ ਹੋਮਿਓਪੈਥਿਕ ਡਾਕਟਰ ਸੀਗੇ, ਉਹਨਾਂ ਕੋਲ ਇਲਾਜ ਦੇ ਲਈ ਭੇਜਿਆ ਗਿਆ। ਸੋ ਇਸੇ ਤਰ੍ਹਾਂ ਕਰਦਿਆਂ ਕਰਾਉਂਦਿਆਂ ਹੌਲੀ ਹੌਲੀ ਹੋਮਿਓਪੈਥੀ ਦਾ ਪੂਰੇ ਭਾਰਤ ਦੇ ਵਿੱਚ ਫੈਲਾਅ ਹੋਣਾ ਸ਼ੁਰੂ ਹੋ ਗਿਆ ਸੀ। ਹੋਮਿਓਪੈਥੀ ਦਾ ਫੈਲਾਅ ਹੋਣ ਦੇ ਉਪਰੰਤ ਕੁਛ ਸ਼ੈਤਾਨੀ ਦਿਮਾਗਾਂ ਦੇ ਵਿੱਚ ਇਹ ਵੀ ਆਇਆ ਕਿ ਅਸੀਂ ਹੋਮਿਓਪੈਥੀ ਦੇ ਨਕਲੀ ਕਾਲਜ ਖੋਲ੍ਹੀਏ। ਉਹਨਾਂ ਨੇ ਹੋਮਿਓਪੈਥਿਕ ਦੇ ਨਫ਼ਿਆਂ ਨੂੰ ਦੇਖਦਿਆਂ ਹੋਇਆ ਨਕਲੀ ਹੋਮਿਓਪੈਥਿਕ ਕਾਲਜ ਖੋਲ੍ਹ ਲਏ, ਨਕਲੀ ਡਿਗਰੀਆਂ ਵੰਡਣੀਆਂ ਸ਼ੁਰੂ ਕਰ ਦਿੱਤੀਆਂ, ਨਕਲੀ ਡਿਪਲੋਮੇ ਵੰਡਣੇ ਸ਼ੁਰੂ ਕਰ ਦਿੱਤੇ। ਇਹ ਵੇਖਦਿਆਂ ਹੋਇਆ ਜਿਹੜੇ ਅਸਲੀ ਹੋਮਿਓਪੈਥੀ ਤਰੀਕੇ ਨਾਲ ਨਿਭਾ ਰਹੇ ਸੀ ਉਹਨਾਂ ਨੂੰ ਇਸ ਗੱਲ ਦਾ ਬੜਾ ਗੁੱਸਾ ਆਇਆ। ਉਹਨਾਂ ਨੇ ਇਹ ਸੋਚਿਆ ਕਿ ਕਿਉਂ ਨਾ ਕੋਈ ਇਹੋ ਜਿਹੀ ਕਾਨੂੰਨੀ ਕਮੇਟੀ ਬਣਾਈ ਜਾਵੇ ਜੋ ਇਸ ਦੇ ਅਧੀਨ ਹੋਣ ਵਾਲੀਆਂ ਸਾਰੀਆਂ ਕਿਰਿਆਵਾਂ ਨੂੰ, ਖੋਜਾਂ ਨੂੰ, ਅਨੁਸੰਧਾਨਾਂ ਨੂੰ ਧਿਆਨ ਰੱਖ ਸਕੇ। ਇਸ ਤੋਂ ਬਾਅਦ 1941 ਦੇ ਵਿੱਚ ਬੰਗਾਲ ਸਰਕਾਰ ਵੱਲੋਂ ਬਣਾਈ ਜਾਂਦੀ ਹੈ ਜਨਰਲ ਕਾਉਂਸਲ, ਜੋ ਕਿ ਹੋਮਿਓਪੈਥੀ ਦੇ ਅਧੀਨ ਹੋਣ ਵਾਲੀਆਂ ਸਾਰੀਆਂ ਕਿਰਿਆਵਾਂ, ਸਾਰੀਆਂ ਖੋਜਾਂ, ਸਾਰੇ ਸਾਹਿਤ ਬਣਨ ਵਾਲੀਆਂ ਹਰ ਚੀਜ਼ਾਂ 'ਤੇ ਕਾਨੂੰਨੀ ਤੌਰ 'ਤੇ ਦੇਖ ਰੇਖ ਕਰ ਸਕੇ। ਹੁਣ ਅਸੀਂ ਗੱਲ ਕਰਦੇ ਹਾਂ 15 ਅਗਸਤ 1947 ਵੇਲੇ ਦੀ। 15 ਅਗਸਤ 1947 ਦੇ ਵੇਲੇ ਸਾਡਾ ਭਾਰਤ ਆਜ਼ਾਦ ਹੋਇਆ। ਸਭ ਤੋਂ ਪਹਿਲੀ ਸਿਹਤ ਮੰਤਰੀ ਬਣਦੀ ਹੈ ਰਾਜਕੁਮਾਰੀ ਅੰਮ੍ਰਿਤ ਕੌਰ ਜੀ। 1948 ਦੇ ਵਿੱਚ ਕਾਂਗਰਸ ਪਾਰਟੀ ਦੇ ਵੱਲੋਂ ਉਸ ਵੇਲੇ ਦੀ ਸਿਹਤ ਮੰਤਰੀ ਰਾਜਕੁਮਾਰੀ ਅੰਮ੍ਰਿਤ ਕੌਰ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਭਾਰਤ ਦੇ ਵਿੱਚ ਕੋਈ ਇਹੋ ਜਿਹੀ ਕਮੇਟੀ ਬਣਾਈ ਜਾਵੇ ਜੋ ਕਿ ਪੂਰੇ ਭਾਰਤ 'ਤੇ ਲਾਗੂ ਹੋ ਸਕੇ। ਇਸ ਤੋਂ ਬਾਅਦ 1949 ਦੇ ਵਿੱਚ ਸਰਕਾਰੀ ਕਮੇਟੀ ਵੱਲੋਂ ਹੋਮਿਓਪੈਥਿਕ ਕਾਉਂਸਲ ਸਥਾਪਿਤ ਕੀਤੀ ਜਾਂਦੀ ਹੈ। 1949 ਤੋਂ ਬਾਅਦ 1952 ਦੇ ਵਿੱਚ ਹੋਮਿਓਪੈਥਿਕ ਐਡਵਾਈਜ਼ਰੀ ਕਮੇਟੀ ਸਥਾਪਿਤ ਕੀਤੀ ਜਾਂਦੀ ਹੈ ਅਤੇ ਇਸ ਤੋਂ ਬਾਅਦ 1962 ਦੇ ਵਿੱਚ ਹੋਮਿਓਪੈਥਿਕ ਫਾਰਮਾਕੋਪੀਆ ਕਮੇਟੀ ਸਥਾਪਿਤ ਕੀਤੀ ਜਾਂਦੀ ਹੈ। ਇਤਿਹਾਸ ਦੇ ਪੰਨਿਆਂ 'ਤੇ ਉਹ ਦਿਨ ਲਾਲ ਅੱਖਰਾਂ ਵਿੱਚ ਲਿਖਿਆ ਜਾਂਦਾ ਹੈ ਜਦੋਂ 1973 ਦੇ ਵਿੱਚ ਉਹ ਦਿਨ ਆਉਂਦਾ ਹੈ ਜਿਸ ਦਾ ਸਾਰਿਆਂ ਨੂੰ ਇੰਤਜ਼ਾਰ ਸੀ। ਇਸ ਸੰਨ ਦੇ ਵਿੱਚ ਹੋਮਿਓਪੈਥਿਕ ਕਾਉਂਸਲ ਬਿੱਲ ਪਾਸ ਹੁੰਦਾ ਹੈ। ਇਸ ਤੋਂ ਬਾਅਦ 1974 ਦੇ ਵਿੱਚ ਹੋਮਿਓਪੈਥਿਕ ਸੈਂਟਰਲ ਕਾਉਂਸਲ ਐਕਟ ਪਾਸ ਹੁੰਦਾ ਹੈ ਅਤੇ ਇਸ ਤੋਂ ਬਾਅਦ 1978 ਦੇ ਵਿੱਚ ਸੈਂਟਰਲ ਕਾਉਂਸਲ ਆਫ ਰਿਸਰਚ ਇਨ ਹੋਮਿਓਪੈਥੀ ਕਮੇਟੀ ਬਣਾਈ ਜਾਂਦੀ ਹੈ ਅਤੇ ਉਸਨੂੰ ਇੱਕ ਆਜ਼ਾਦ ਕਮੇਟੀ ਦਾ ਰੂਪ ਦਿੱਤਾ ਜਾਂਦਾ ਹੈ ਤਾਂ ਕਿ ਹੋਮਿਓਪੈਥੀ ਦੇ ਅਧੀਨ ਹੋਣ ਵਾਲੇ ਜਿੰਨੇ ਵੀ ਕੰਮ ਨੇ, ਕਿਰਿਆਵਾਂ ਨੇ, ਡਾਕਟਰਾਂ ਦੀ ਰਜਿਸਟ੍ਰੇਸ਼ਨ ਹੈ, ਸਕੂਲਾਂ ਕਾਲਜਾਂ ਦੀ ਪੜ੍ਹਾਈ ਹੈ, ਖੋਜ ਨੇ, ਅਨੁਸੰਧਾਨ ਨੇ, ਉਹ ਉਹਦੀ ਦੇਖ ਰੇਖ ਕਰ ਸਕੇ। 2023 ਦੇ ਵਿੱਚ ਵੀ ਇਸ ਵੇਲੇ ਸਾਡੇ ਇਹੋ ਜਿਹੇ ਕਈ ਡਾਕਟਰ ਨੇ ਸਾਡੇ ਭਾਰਤ ਦੇ ਵਿੱਚ ਜੋ ਹਰ ਵਕਤ ਇਹ ਕੋਸ਼ਿਸ਼ ਕਰ ਰਹੇ ਹਨ ਕਿ ਹੋਮਿਓਪੈਥੀ ਨੂੰ ਵੱਧ ਤੋਂ ਵੱਧ ਦੇਸ਼ਾਂ ਵਿਦੇਸ਼ਾਂ ਤੱਕ ਪਹੁੰਚਾਇਆ ਜਾਵੇ। ਮੈਂ ਉਹਨਾਂ 'ਚੋਂ ਕੁਛ ਦੇ ਨਾਮ ਲੈਣਾ ਚਾਹਾਂਗੀ, ਡਾਕਟਰ ਰਾਜਨ ਸੰਕਰਨ, ਡਾਕਟਰ ਬਖਸ਼ੀ ਅਤੇ ਡਾਕਟਰ ਰਵਿੰਦਰ ਗੁਰਜਰ ਜੋ ਇਸ ਵਕਤ ਪੰਜਾਬ ਦੇ ਵਿੱਚ ਹਨ। ਇਹ ਲੋਕ ਦਿਨ ਰਾਤ ਕੋਸ਼ਿਸ਼ ਕਰ ਰਹੇ ਹਨ, ਮਿਹਨਤਾਂ ਕਰ ਰਹੇ ਹਨ ਤਾਂ ਕਿ ਹੋਮਿਓਪੈਥੀ ਨੂੰ ਪੂਰੇ ਦੇਸ਼ ਵਿੱਚ ਅਸੀਂ ਪਹੁੰਚਾ ਸਕੀਏ, ਫੈਲਾ ਸਕੀਏ। ਸੋ ਇਸ ਦੇ ਨਾਲ ਹੀ ਸ਼ੁਕਰੀਆ, ਮੈਨੂੰ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਇਹ ਸਾਰਾ ਕੁਝ ਸਾਂਝਾ ਕਰਕੇ ਅਤੇ ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਵੀ ਹੋਮਿਓਪੈਥੀ ਦਾ ਭਾਰਤ ਦੇ ਵਿੱਚ ਇਤਿਹਾਸ ਜਾਣ ਕੇ ਬਹੁਤ ਵਧੀਆ ਲੱਗਿਆ ਹੋਏਗਾ। ਅਤੇ ਇਸ ਦੇ ਨਾਲ ਹੀ ਮੈਂ ਕੋਈ ਹੋਰ ਵੀਡੀਓ ਲੈ ਕੇ ਜਲਦੀ ਆਵਾਂਗੀ। ਤਦ ਤੱਕ ਲਈ ਤੁਸੀਂ ਮੇਰੇ ਇਸ ਪਲੇਟਫਾਰਮ ਨੂੰ, ਮੇਰੇ ਫੇਸਬੁੱਕ ਪੇਜ ਨੂੰ, ਜੇ ਫੇਸਬੁੱਕ ਪੇਜ 'ਤੇ ਦੇਖ ਰਹੇ ਹੋ ਜੇ ਉਸਨੂੰ ਲਾਈਕ ਕਰ ਦਿਓ, ਜੇ ਯੂਟਿਊਬ ਪੇਜ ਦੇਖ ਰਹੇ ਹੋ ਤਾਂ ਉਸਨੂੰ ਸਬਸਕ੍ਰਾਈਬ ਕਰ ਦਿਓ। ਸ਼ੁਕਰੀਆ।